ਹਾਂਜੀ ਅਸਲਾਮ ਵਾਲੇਕੁਮ ਜੀ, ਅੱਜ ਦਾ ਇੱਕ ਨਵਾਂ ਵਲੋਗ ਪੇਸ਼ੇ ਕਿਸਮਤ ਆ। ਮੈਂ ਚੱਲਾਂ ਖੇਡਣ ਅਤੇ ਅੱਗੇ ਰਾਣਾ ਸਲਾਮ ਸਾਹਿਬ ਖੜ੍ਹੇ ਨੇ। ਹਾਏ ਕੈਸੇ ਹੋ ਸਭ ਦੋਸਤ, ਭਾਈ ਨੂੰ ਜ਼ਿਆਦਾ ਜ਼ਿਆਦਾ ਲਾਈਕ ਅਤੇ ਫਾਲੋ ਕਰੋ। ਬੋਲ, ਉਰਦੂ ਬੋਲ ਰਿਹਾ ਪੂਰੇ ਭਾਲ ਨਾਲ ਪਰ ਬੋਲੀ ਨਹੀਂ ਜਾ ਰਹੀ। ਜਾਨ ਟੂਲ ਦਿਆ ਚਲਾਉਣ ਅਤੇ ਉਰਦੂ ਚੈੱਕ ਕਰ ਸ਼ਾਨ। ਬਾਕੀ ਆਪਾਂ ਤਾਂ ਚੱਲੇ ਹਾਂ, ਅਲੀ ਸਾਹਿਬ ਆ ਗਏ ਨੇ, ਟਾਈਮ ਹੋਇਆ ਪਤਾ ਪਤਾ ਜਾਣ ਜੁਣਾ ਕੋਈ ਨੀ। ਦੇਖੋ ਪਿੰਡ ਵਾਲਿਆਂ ਜਗਾੜ ਚੈੱਕ ਕਰੋ ਬਾਬੇ, ਗਰਮੀ ਬਹੁਤ ਦੇਖਣਾ। ਆ ਗਿਆ ਆਪਣੀ ਆਪਣੀ ਲੈਂਗੁਏਜ ਤੇ ਆ ਗਿਆ ਨਾ ਪਤਾ, ਇਹ ਫਿਰ ਬਾਅਦ ਪਤਾ ਚੰਗਾ ਇਹਦਾ ਵੀ ਆਪਣੀ ਲੈਂਗੁਏਜ ਬੋਲ ਦੇ। ਚਲੋ ਵੀ ਇਹ ਤਾਂ ਨਿਕਲ ਲੱਗੇ ਤੇ ਆਪਾਂ ਲੱਗਣਾ ਗਰਾਊਂਡ ਨੂੰ। ਲਓ ਜੀ ਆ ਗਏ ਨੇ, ਸਾਨੂੰ ਕਿਸੇ ਆਪਣਾ ਸਾਡਾ ਪਲਾਨ ਕੈਂਸਲ ਨੀ ਉੱਧਰ ਉਹਨਾਂ ਦਾ ਮੈਚ ਤੇ ਇਹ ਹੋਣਾ ਤੇ ਆਪਣਾ ਮੈਚ ਸੀ, ਉੱਧਰ ਅਸੀਂ ਆ ਗਏ ਤੇ ਤੇਰਾ ਟੀਮ ਖੜੀ ਆ। ਬੱਟ ਸਾਹਿਬ ਹੁਣ ਲੇਟ ਆ, ਮੈਚ ਨੂੰ ਕਰਦੇ ਸਟਾਰ ਤੇ ਟੱਪ ਹੋ ਗਿਆ ਵਾਵਾ ਸਾਰੀ ਸਟਾਰ ਜਿੱਤ ਲਿਆ ਵਾ ਤੇ ਬੈਟ ਬੱਟ ਸਾਹਿਬ ਦੇ ਸਮਾਨ ਸਾਹਿਬ ਅਸੀਂ ਬੈਠੇ ਸ਼ਾਂ ਦੇ ਵਿੱਚ ਦੇਣ ਜਾ ਰਹੇ ਤਾਂ ਛੱਡ ਤੇ ਸਮਾਨ ਸਾਹਿਬ ਲਗੇ ਆਪਣਾ ਤੇ ਅਸੀਂ ਬੈਠੇ ਹਾਂ ਸ਼ਾਮੇ ਤਾਂ ਜੇ ਤੱਕ ਜੇ ਸ਼ੈਲਡਿੰਗ ਚੇਂਜ ਹੋ ਰਹੀ ਹੈ ਕਿਉਂਕਿ ਪੈਰ ਜਾ ਰਿਹਾ ਲੱਖ ਦੀ ਲਾਣ ਦੀ ਸੱਜੇ ਦੀ ਬਕਵਾਸ ਬੰਦ। ਦੋ ਆ ਨਾ ਮੈਂ ਇਕੱਠੇ ਬੋਲਤੇ ਰਹਿ ਇੱਕ ਓਵਰ ਤੇ 27 ਰਨ ਹੋ ਗਿਆ, ਦੂਸਰਾ ਓਵਰ ਜਾਰੀ ਆ। ਕੈਚ ਕਾਲ ਆਊਟ, ਟਾਈਮ ਤੇ ਫੀਲਡਿੰਗ ਕਰਨ ਲੱਗੇ ਆ, ਬੈਰ ਰੱਖਣ ਲੱਗੇ ਆ, ਲੜੀ ਪਾ ਮੇਰੇ ਵਾਲਾ ਬੈਲ ਮੋਸ ਓਕੇ। ਬਾਕੀ ਗਰਮੀ ਬਹੁਤ ਹੋ ਗਈ ਆ, ਸੁਪਨੋ ਆ ਗਿਆ ਨਾ। ਅੱਛਾ ਜੀ, ਫਾਈਨਲੀ ਪਹਿਲਾ ਮੈਚ ਅਸੀਂ ਵਿਨ ਕਰ ਲਿਆ ਅਤੇ ਹੁਣ ਦੂਜੇ ਮੈਚ ਦਾ ਟਾਸ ਹੋ ਗਿਆ। ਟਾਸ ਨਹੀਂ, ਕਦੇ ਬੈਟਿੰਗ ਸਾਡੀ ਜਿੱਤੀ ਹੁੰਦੀ ਆ ਅਤੇ ਹੁਣ ਗੱਲਾਂ ਕਰ ਕਰੇ ਮਿਲਦੇ ਹਾਂ ਬੈਟਿੰਗ 'ਚ। ਅੱਛਾ ਜੀ, ਦੂਸਰੇ ਮੈਚ ਦੀ ਬੈਟਿੰਗ ਜਾਰੀ ਹੋ ਗਈ, ਸਮਾਨ ਤਾਂ ਫਿਰ ਬੱਟ ਓਪਰਾਂਗੇ, ਵਾਈਟ ਤੋਂ ਆਗਾਜ਼ ਹੋ ਗਿਆ, ਬਾਕੀ ਤੁਹਾਨੂੰ ਪਾਈ ਜਾਵਾਂਗੇ। ਅੱਜ ਜੀ ਇੰਨੀ ਗਰਮੀ ਅਤੇ ਮੈਚ ਯਕੀਨ ਮੈਨੂੰ ਸ਼ੌਕ ਜਿਹੜਾ ਨਾ ਉਹਦਾ ਕੋਈ ਮੁੱਲ ਨਹੀਂ। ਦੇਖੋ ਆਵਾਮ ਕਿੱਦਾਂ ਬੈਠੀ ਆ, ਸਾਡਾ ਹਾਲਾਤ ਦੇਖੋ ਕੀ ਹੋਏ ਆ। ਬਾਕੀ ਉਮੀਦ ਆ ਕਿ ਲਾਸਟ ਮੈਚ ਹੋਵੇ, ਜੇ ਹਾਰ ਗਏ ਜਿੱਤ ਗਏ ਤਾਂ ਅਗਲਾ ਸੁਣਾਵਾਂ, ਕਿਉਂਕਿ ਫਿਰ ਸੀਰੀਜ਼ ਹੋ ਜਾਣੀ ਬਰਾਬਰ। ਜੇ ਹਾਰ ਗਏ ਤਾਂ ਨਾ ਜਿੱਤ ਗਏ ਤਾਂ ਫਿਰ ਕਿੰਨਾ ਪੈਣਾ, ਦੇਖਦੇ ਕੀ ਬਣਦਾ ਵਾ। ਭਗਤ ਵੀ ਉੱਧਰ ਓਏ ਹੋ ਗਿਆ ਖਤਮ, ਚਵਲੀ ਵੀ ਅਕਰਾਬ ਬਾਏ ਬਾਈ ਮਾਮਾ 36 ਪੈਂਦਾ ਤੈਨੂੰ ਇਸ ਹਿਸਾਬ ਨਾਲ ਜੇ ਚਾਰ ਪਹਿਲੇ ਨੀ ਮਿਸ ਹੋਏ ਦੋ ਐਂਟਰ ਹੋ ਜਾਣੇ ਸੀ।
ਆਜਾ ਆਜਾ ਚਲੋ ਕੋਈ ਨੀ ਮੈਚ ਹੋ ਗਿਆ ਬਰਾਬਰ ਤੇ ਹੁਣ ਤਕਲੇ ਘਰ ਓਕੇ ਲਾਫੀ।